हेलो दोस्तों, सत श्री अकाल। तुहाडा सारिआं दा मैं अपने यूट्यूब चैनल दे विच बहुत बहुत स्वागत करदा। उम्मीद करदा है तुसीं कोरोना महामारी दे विच अपनी जो आस है जीन दी उहदे नाल अपने परिवार दे विच वधिया माहौल दे विच वधिया माहौल बनाउण दी कोशिश कर रहे होवोगे। तो परमात्मा तुहानूं चढ़दी कला च रखे। जल्दी ही सारा जो माहौल है, जो भी डेली साडी दिनचर्या है, नॉर्मल हो जाए। असीं इस यही परमात्मा अग्गे दुआ करदे हां। तो अज मैं अपना जो टॉक शो शुरू किया यूट्यूब चैनल पर, उहदा एपीसोड नंबर 2 लैके आया। तो अज असी कमाही देवी जो साडा एरिया है, डिस्ट्रिक्ट हुशियारपुर दे विच पैंदा है, तलवाड़ा ब्लॉक दे विच ही साडा एरिया पैंदा है। तो इत्थे मेरे बहुत ही खास अजीज़ दोस्त डॉक्टर अक्षय संदल जो BDS ने, उहनां दे नाल असी इंटरैक्ट करन जा रहे हैं। तो उहनां कोलो जो डेंटिस्ट्री नाल रिलेटड जो प्रॉब्लम्स ने, उहनां दा प्रोफेशन है, तो साडा जिहड़ा रूरल एरिया है इहदे विच इन्ने लोकी पढ़े लिखे नहीं हन, अवेयरनैस की कमी है। तो उहनां कोलो कुछ गल्लां पुछांगे जो कि तुहाडे बहुत काम आणगीआं। तो पूरा वीडियो एंड तक देखो। उम्मीद करदा है तुहानूं कुछ डेंटिस्ट्री दे नाल जो डॉक्टर साहब बहुत ही वडमुली जानकारी देणगे तुहाडे काम आएगी। तो जो भी तुहाडे मन च पहले मिथ सी, कई लोगों के वहम सी, वह सारे निकल जाणगे। तो हुण असीं डॉक्टर साहब नाल इंटरैक्ट करदे हां। सत श्री अकाल डॉक्टर साहब, मैं तुहाडा अपने शो दे विच बहुत बहुत स्वागत करदा। नमस्कार प्रदीप जी, मैं भी तुहाडा बहुत बहुत स्वागत करदा है कि तुसीं अपने बिजी शेड्यूल दे विचों टाइम कट के अज मेरे को कमाई देवी डॉक्टर अक्षय डेंटल केयर दे विच तुसीं अज समा कट के इत्थे आए हो। मैं बहुत बहुत धन्यवाद करदा तुहाडा। थैंक यू डॉक्टर साहब। डॉक्टर साहब, सब तो पहला मैं तुहानूं तुहाडी जो BDS की पढ़ाई है उहदे बारे पुछना चाहांगा। ਤੁਸੀਂ ਕਿੱਥੋਂ ਆਪਣੀ ਪੜ੍ਹਾਈ ਨੂੰ ਮੁਕੰਮਲ ਕੀਤਾ ਹੈ ਅਤੇ ਉਹਦੇ ਵਿੱਚ ਕਿਹੜੀ ਕਿਹੜੀ ਐਸੀ ਟੈਕਨੀਕਸ ਹੈ ਜੋ ਕਿ ਇੱਕ ਆਮ ਜੋ ਲੋਕਾਂ ਦੀ ਪਹੁੰਚ ਤੋਂ, ਮਤਲਬ ਸਮਝ ਤੋਂ ਬਾਹਰ ਹੈ, ਜਾਂ ਕਹਿ ਸਕਦੇ ਹਾਂ ਉਹਨਾਂ ਨੂੰ ਸਾਡਾ ਜੋ ਦਾਇਰਾ ਹੈ ਉਹਦੇ ਵਿੱਚ ਲੋਕਾਂ ਨੂੰ ਇੰਨੀ ਨੌਲੇਜ ਨਹੀਂ ਹੈਗੀ, ਅਤੇ ਥੋੜ੍ਹਾ ਉਹਨਾਂ ਨੂੰ ਅਵੇਅਰ ਕਰੋ ਵੀ ਡੈਂਟਿਸਟਰੀ ਦੇ ਵਿੱਚ ਕੀ ਚੀਜ਼ਾਂ ਆਉਂਦੀਆਂ ਨੇ, ਕਿ ਅਤੇ ਅਸੀਂ ਕਿਸ ਤਰ੍ਹਾਂ ਅਸੀਂ ਆਪਣੇ ਮੂੰਹ ਦੇ ਰੋਗਾਂ ਤੋਂ ਜਾਂ ਉਹਦੇ ਨਾਲ ਹੋਣ ਵਾਲੀਆਂ ਅਲੱਗ ਜੋ ਬਿਮਾਰੀਆਂ ਨੇ ਉਹ ਤੋਂ ਬਚ ਸਕਦੇ ਹਾਂ। ਡਾਕਟਰ ਸਾਹਿਬ, मैं प्रदीप कुमार जी 2015 ਦੇ ਵਿੱਚ गुरु नानक देव डेंटल कॉलेज जो कि सुनाम ਦੇ ਵਿੱਚ स्थित है, बाबा फरीद यूनिवर्सिटी तो रिकोगनाइज है, उतों अपनी BDS की जी डिग्री है वह प्राप्त की। तो 2016 ਦੇ ਵਿੱਚ मैं डॉक्टर अक्षय डेंटल केयर कमाई देवी ਦੇ ਵਿੱਚ अपना जो डेंटल क्लीनिक है वह स्टार्ट किया। तो रीसेंटली 2019 ਦੇ ਵਿੱਚ ਅਸੀਂ ਮੁਕੇਰੀਆ ਸੰਧਲ ਡੈਂਟਲ ਕੇਅਰ ਦੇ ਨਾਮ ਤੇ ਅੰਬੇਦਕਰ ਚੌਂਕ ਦੇ ਕੋਲ ਵੀ ਆਪਣਾ ਜਿਹੜਾ ਦੂਜਾ ਕਲੀਨਿਕ ਹੈ ਉਹ ਆਪਾਂ ਉੱਥੇ ਸਟਾਰਟ ਕੀਤਾ ਹੈ। ਠੀਕ ਹੈ ਸਰ, ਧੰਨਵਾਦ ਡਾਕਟਰ ਸਾਹਿਬ। ਡਾਕਟਰ ਸਾਹਿਬ, ਮੈਂ ਪੁੱਛਣਾ ਚਾਹਾਂਗਾ ਵੀ ਜੋ ਤੁਹਾਡਾ ਡੈਂਟਲ ਕਲੀਨਿਕ ਹੈ ਇਹਦੇ ਵਿੱਚ ਤੁਸੀਂ ਆਪਣੇ ਇਲਾਕੇ ਦੇ ਜੋ ਲੋਕ ਨੇ ਉਹ ਕਿਹੜੀਆਂ ਕਿਹੜੀਆਂ ਸਹੂਲਤਾਂ ਤੁਹਾਡੇ ਕੋਲ ਲੈ ਸਕਦੇ ਨੇ, ਅਤੇ ਕਿਹੜੀ ਤੁਸੀਂ ਖਾਸ ਸਹੂਲਤਾਂ ਉਹਨਾਂ ਨੂੰ ਪ੍ਰੋਵਾਈਡ ਕਰਵਾ ਰਹੇ ਹੋ, ਉਹਨਾਂ ਬਾਰੇ ਜ਼ਰੂਰ ਚਾਨਣਾ ਪਾਓ ਤਾਂ ਕਿ ਉਹ ਸਮਝ ਸਕਣ ਵੀ ਕਿਹੜੀ ਬਿਮਾਰੀ ਦਾ ਇਲਾਜ ਇੱਥੇ ਹੁੰਦਾ ਹੈ ਅਤੇ ਉਹ ਤੁਹਾਡੇ ਅਪਰੋਚ ਕਰ ਸਕਣ। ਪ੍ਰਦੀਪ ਕੁਮਾਰ ਜੀ, ਸਾਡੇ ਕਲੀਨਿਕ ਡਾਕਟਰ ਅਕਸ਼ੇ ਡੈਂਟਲ ਕੇਅਰ ਕਮਾਈ ਦੇਵੀ ਅਤੇ ਸੰਧਲ ਡੈਂਟਲ ਕੇਅਰ ਮੁਕੇਰੀਆਂ ਦੇ ਵਿੱਚ ਅਸੀਂ ਦੰਦਾਂ ਦੀਆਂ ਛੋਟੀਆਂ ਬਿਮਾਰੀਆਂ ਤੋਂ ਲੈ ਕੇ ਵੱਡੀਆਂ ਤੱਕ ਜਿਨ੍ਹਾਂ ਦਾ ਇਲਾਜ ਇੱਥੇ ਮੁਹੱਈਆ ਕਰਾਇਆ ਜਾ ਸਕਦਾ ਹੈ ਉਹਨਾਂ ਲਈ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਕਿ ਇੱਕ ਨੋਰਮਲ ਦੰਦ ਦੀ ਫਿਲਿੰਗ ਤੋਂ ਲੈ ਕੇ ਦੰਦਾਂ ਦੀ ਰੂਟ ਕੈਨਾਲਸ ਅਸੀਂ ਇੱਥੇ ਪ੍ਰੋਵਾਈਡ ਕਰਦੇ ਹਾਂ, ਰੂਟ ਕੈਨਾਲ ਟ੍ਰੀਟਮੈਂਟ, ਦੰਦਾਂ ਦੇ ਸੈੱਟ ਲਗਾਉਣਾ, ਫਿਕਸ ਦੰਦ ਲਗਾਉਣਾ, ਜਿਵੇਂ ਅੱਜ ਕੱਲ੍ਹ ਟ੍ਰੈਂਡਿੰਗ ਹੈਗਾ ਇੰਪਲਾਂਟਸ, ਜਿਹਦੇ 'ਚ ਕਿ ਹੱਡੀ ਦੇ ਵਿੱਚ ਨੋਰਮਲ, ਜੇ ਆਮ ਭਾਸ਼ਾ 'ਚ ਕਹੀਏ ਹੱਡੀ ਦੇ ਵਿੱਚ ਸਕਰੂ ਲਾ ਕੇ ਉੱਤੇ ਫਿਕਸ ਦੰਦ ਲਾਉਣਾ, ਉਹ ਵੀ ਸੁਵਿਧਾ ਜਿਹੜੀ ਅਸੀਂ ਇੱਥੇ ਪ੍ਰੋਵਾਈਡ ਕਰ ਰਹੇ ਹਾਂ। ਮੂੰਹ ਦੇ ਛੋਟੇ ਓਪਰੇਸ਼ਨ, ਜਿਵੇਂ ਕਿ ਤੁਸੀਂ ਮੋਸਟ ਕਾਮਨਲੀ ਸੁਣਿਆ ਹੋਣਾ ਕਿ ਅਕਲਦਾੜ ਜਿਹੜੀ ਹੈ ਉਹ ਅਸੀਂ ਓਪਰੇਸ਼ਨ ਕਰਕੇ ਕਢਾਈ, ਉਹਦਾ ਜਿਹੜਾ ਅਕਲਦਾੜ ਜਦੋਂ ਖਰਾਬ ਹੋ ਜੇ, ਜੇ ਕੋਈ ਉਹਦੇ 'ਚ ਦਰਦ ਤਕਲੀਫ ਜਾਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੋਵੇ ਤਾਂ ਅਕਲਦਾੜ ਨੂੰ ਓਪਰੇਸ਼ਨ ਕਰਕੇ ਕੱਢਣਾ, ਉਹ ਵੀ ਜਿਹੜਾ ਅਸੀਂ ਇੱਥੇ ਜਿਹੜੀ ਸੁਵਿਧਾ ਉਹ ਪ੍ਰੋਵਾਈਡ ਕਰਾ ਰਹੇ ਹਾਂ। ਮੂੰਹ ਦੇ ਵਿੱਚ ਜਿਵੇਂ ਕਿ ਰਸੌਲੀਆਂ, ਦੰਦਾਂ ਦੇ ਥੱਲੇ ਰਸੌਲੀਆਂ ਬਣ ਜਾਂਦੀਆਂ ਹਨ, ਉਹਨਾਂ ਦਾ ਜਿਹੜਾ ਓਪਰੇਸ਼ਨ ਹੈ ਉਹ ਵੀ ਜਿਹੜਾ ਇੱਥੇ ਸੁਚੱਜੇ ਢੰਗ ਦੇ ਨਾਲ ਅਤੇ ਸਾਫ਼ ਸੁਥਰੇ ਤਰੀਕੇ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਇੱਥੇ ਕੀਤਾ ਜਾਂਦਾ ਹੈ। ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿੱਦਾਂ ਅਸੀਂ ਸੁਣਦੇ ਹਾਂ ਕਿ ਤੰਦੂਆ ਬੱਚਿਆਂ ਦੇ ਛੋਟੇ ਮੋਸਟ ਕਾਮਨਲੀ ਹੁੰਦਾ ਹੈ, ਉਹਦਾ ਓਪਰੇਸ਼ਨ ਜੋ ਇੱਕ ਮਾਈਨਰ ਸਰਜੀਕਲ ਪ੍ਰੋਸੀਜਰ ਹੈ ਉਹ ਕੀਤਾ ਜਾਂਦਾ ਹੈ। ਅਤੇ ਜਿਵੇਂ ਕਿ ਮੈਂਡੀਬਲ ਅਤੇ ਮੈਗਜ਼ੀਲਰੀ ਫ੍ਰੈਕਚਰ, ਮੂੰਹ ਦੀਆਂ ਜਿਹੜੀਆਂ
ਸਾਡੀਆਂ ਫੇਸ਼ੀਅਲ ਬੋਨਸ ਹਨ, ਮੂੰਹ ਦੀਆਂ ਹੱਡੀਆਂ ਜਿਹੜੀਆਂ ਹਨ, ਜੇ ਸਾਡਾ ਐਕਸੀਡੈਂਟ ਹੋਣ ਕਰਕੇ ਜਾਂ ਕਿਤੇ ਸੱਟ ਚੋਟ ਦੇ ਕਰਕੇ ਸਾਡੀਆਂ ਮੂੰਹ ਦੀ ਹੱਡੀ ਜੇ ਕੋਈ ਟੁੱਟ ਗਈ ਹੈ ਤਾਂ ਉਹਦਾ ਜਿਹੜਾ ਪਲੇਟਿੰਗ ਅਤੇ ਉਹਦਾ ਆਪਰੇਸ਼ਨ ਕਰਨਾ ਉਹ ਜਿਹੜਾ ਇੱਥੇ ਅਸੀਂ ਪ੍ਰੋਵਾਈਡ ਕਰਾ ਰਹੇ ਹਾਂ। ਹੋਰ ਛੋਟੇ ਆਪਰੇਸ਼ਨ ਜਿਹੜੇ ਮੂੰਹ ਦੇ ਹੁੰਦੇ ਹਨ ਉਹ ਸਾਰੇ ਜਿਹੜੇ ਹੈ ਅਸੀਂ ਆਪਣੇ ਜਿਹੜੇ ਕਲੀਨਿਕ ਦੇ ਵਿੱਚ ਪ੍ਰੋਵਾਈਡ ਕਰਾ ਰਹੇ ਹਾਂ। ਧੰਨਵਾਦ ਡਾਕਟਰ ਸਾਹਿਬ। ਡਾਕਟਰ ਸਾਹਿਬ, ਅਸੀਂ ਪਿਛਲੇ ਦਿਨੀ ਇੱਕ ਨਿਊਜ਼ ਸੁਣੀ ਸੀ ਕਿ ਤੁਹਾਨੂੰ ਨੈਸ਼ਨਲ ਲੈਵਲ 'ਤੇ NODS ਦਾ ਵਾਈਸ ਪ੍ਰੈਜੀਡੈਂਟ ਚੁਣਿਆ ਗਿਆ ਹੈ। ਫੇਸਬੁੱਕ 'ਤੇ ਕਾਫੀ ਪੋਸਟਾਂ ਮੈਂ ਦੇਖੀਆਂ ਸੀ ਅਤੇ ਉਹਦੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਸਭ ਤੋਂ ਪਹਿਲੇ। ਧੰਨਵਾਦ ਜੀ। ਅਤੇ ਡਾਕਟਰ ਸਾਹਿਬ ਤੁਹਾਨੂੰ ਮੈਂ ਪੁੱਛਣਾ ਚਾਹਾਂਗਾ ਕਿ NODS ਹੈ ਕੀ ਹੈ ਅਤੇ ਇਹਦਾ ਕਿਆ ਪਰਪਸ ਹੈ ਇਸ ਸੰਸਥਾ ਨੂੰ ਬਣਾਉਣ ਦਾ? NODS ਜਿਹੜੀ ਹੈਗੀ ਹੈ ਪ੍ਰਦੀਪ ਕੁਮਾਰ ਜੀ, ਇਹ ਇੱਕ ਡੈਂਟਲ ਸਰਜਨਾਂ ਦੀ ਔਰਗਨਾਈਜੇਸ਼ਨ ਹੈ। ਠੀਕ ਹੈ ਸਰ। ਜਿਹਦਾ ਮੇਨ ਮੋਟਿਵ ਜਿਹੜਾ ਹੈ ਉਹ ਹੈਗਾ, ਫਸਟ ਆਫ ਆਲ ਤੋਂ ਜਿਹੜੀ ਅਨਇੰਪਲੋਇਮੈਂਟ ਹੈਗੀ ਹੈ ਡੈਂਟਲ ਸਰਜਨਾਂ ਦੀ, ਉਹਨੂੰ ਲੈ ਕੇ ਜਿਹੜਾ ਸਾਡਾ ਮੇਨ ਮੋਟਿਵ ਹੈ। ਦੂਸਰਾ ਜਿਹੜਾ ਹੈਗਾ, ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੇ ਕੁਐਕਸ ਆ ਉਹ ਡੈਂਟਲ ਸਰਜਨਾਂ ਦੇ ਮੁਕਾਬਲੇ ਨੰਬਰ ਆਫ ਕੁਐਕਸ ਬਹੁਤ ਜ਼ਿਆਦਾ ਹਨ, ਜਿਹੜੇ ਕਿ ਲੋਕਾਂ ਨੂੰ ਗੁੰਮਰਾਹ ਕਰਦੇ ਹਨ, ਗਲਤ ਤਰੀਕੇ ਦਾ ਉਹਨਾਂ ਨੂੰ ਇਲਾਜ ਪ੍ਰੋਵਾਈਡ ਕਰਦੇ ਹਨ, ਉਹਨਾਂ ਨੂੰ ਬੰਦ ਕੀਤਾ ਜਾਵੇ। ਦੂਜਾ ਮਕਸਦ ਸਾਡਾ ਜਿਹੜਾ NODS ਦਾ ਉਹ ਇਹਨੂੰ ਲੈ ਕੇ ਹੈ। ਅਤੇ ਤੀਜੀ ਜਿਹੜੀ ਮੇਨ ਗੱਲ ਹੈ ਕਿ NODS ਜਿਹੜਾ ਭਾਰਤ ਦੇ ਵਿੱਚ ਜਿੰਨੇ ਵੀ ਡੈਂਟਲ ਸਰਜਨ ਹਨ, ਜੇ ਕਿਸੇ ਨੂੰ ਕੋਈ ਔਕੜ ਜਾਂ ਮੁਸ਼ਕਲ ਆਉਂਦੀ ਹੈ ਅਤੇ NODS ਦੀ ਜਿਹੜੀ ਪੂਰੀ ਟੀਮ ਹੈ ਉਹ ਉਹਦੇ ਨਾਲ ਆਪਣੇ ਡੈਂਟਲ ਸਰਜਨ ਦੇ ਨਾਲ ਖੜੀ ਹੈ। ਅਤੇ ਜਿਹੜਾ ਚੌਥਾ ਸਾਡਾ ਹੈ ਕਿ ਕੰਟੀਨਿਊਇੰਗ ਡੈਂਟਲ ਐਜੂਕੇਸ਼ਨ, ਜਿਵੇਂ ਕਿ ਨਵੇਂ ਨਵੇਂ ਤੌਰ ਤਰੀਕੇ, ਨਵੇਂ ਨਵੀਆਂ ਟੈਕਨੀਕਸ ਜਿਹੜੀਆਂ ਡੈਂਟਿਸਟਰੀ ਦੇ ਵਿੱਚ ਆਉਂਦੀਆਂ ਹਨ, ਉਹ ਜਿਹੜੀਆਂ ਹਰ ਇੱਕ ਡੈਂਟਲ ਸਰਜਨ ਤੱਕ ਪਹੁੰਚੇ, ਉਹਨੂੰ ਲੈ ਕੇ ਅਸੀਂ ਅੱਗੇ ਵਧੀਏ ਤਾਂ ਜੋ ਇੱਕ ਵਧੀਆ ਭਵਿੱਖ ਵੱਲ ਡੈਂਟਲ ਸਰਜਰੀ ਨੂੰ ਅਸੀਂ ਲੈ ਕੇ ਜਾਈਏ। ਅਤੇ CDE ਪ੍ਰੋਗਰਾਮ ਜਿਹੜੇ ਕਰਾਉਣ ਦਾ ਉਹ ਵੀ ਜਿਹੜਾ NODS ਦਾ ਇੱਕ ਮੇਨ ਲਕਸ਼ ਹੈ। ਠੀਕ ਹੈ ਸਰ। ਡਾਕਟਰ ਸਾਹਿਬ, ਅੱਗੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਜੋ ਸਾਡਾ ਏਰੀਆ ਹੈ ਕਮਾਹੀ ਦੇਵੀ ਲਗਾ ਲਓ ਜਾਂ ਕਮਾਹੀ ਦੇਵੀ ਤੋਂ ਅਸੀਂ ਚਲੇ ਜਾਈਏ ਤਲਵਾੜਾ ਮਕੇਰੀਆਂ ਸਾਈਡ 'ਤੇ ਜਾਂ ਕਮਾਹੀ ਦੇ ਉੱਪਰ ਚਲੇ ਜਾਈਏ ਜੋ ਪਿੰਡ ਆਉਂਦੇ ਨੇ, ਹੁਸ਼ਿਆਰਪੁਰ ਨਾਲ ਕਨੈਕਟ ਹੋ ਜਾਂਦਾ ਹੈ ਅਤੇ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਹੀ ਬਿਲੋਂਗ ਕਰਦੇ ਹਾਂ ਅਤੇ ਸਾਡਾ ਜੋ ਏਰੀਆ ਹੈ ਇਹਦੇ ਵਿੱਚ ਕੁਛ ਰੂਰਲ ਪੇਂਡੂ ਏਰੀਆ ਕਹਿ ਸਕਦੇ ਹਾਂ, ਕੁਛ ਹੱਦ ਤੱਕ ਬੈਕਵਰਡ ਵੀ ਹੈ, ਇੰਨੀਆਂ ਸਹੂਲਤਾਂ ਨਹੀਂ ਹਨ। ਚਲੋ ਧੀਰੇ ਧੀਰੇ ਹੁਣ ਸਾਰਾ ਕੁਛ ਬਣ ਰਿਹਾ, ਪਰ ਅਜੇ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਇਹੀ ਗੱਲ ਆਉਂਦੀ ਹੈ ਵੀ ਜੋ ਇੱਕ ਡੈਂਟਿਸਟ ਹੈ ਜਾਂ ਕਿਤੇ ਕਲੀਨਿਕ ਦੇ ਬਾਹਰ ਦੇਖਦੇ ਨੇ ਦੰਦ ਦਾ ਚਿੱਤਰ ਬਣਿਆ, ਉਹ ਇਹੀ ਸੋਚਦੇ ਨੇ ਵੀ ਹਾਂ ਇੱਥੇ ਸਿਰਫ ਦੰਦ ਹੀ ਕੱਢੇ ਜਾਂਦੇ ਨੇ ਅਤੇ ਬਾਕੀ ਜੋ ਮੂੰਹ ਦੇ ਨਾਲ ਸਮੱਸਿਆਵਾਂ ਨੇ ਉਹ ਸਾਰਾ ਉਹ ਤੋਂ ਲੋਕ ਅਨਅਵੇਅਰ ਰਹਿ ਜਾਂਦੇ ਨੇ। ਅਤੇ ਤੁਸੀਂ ਉਹਨਾਂ ਨੂੰ ਦੱਸੋ ਕਿ ਕਿਸ ਤਰ੍ਹਾਂ ਡੈਂਟਿਸਟਰੀ ਦੇ ਵਿੱਚ ਸਿਰਫ ਦੰਦ ਕੱਢਣਾ ਹੀ ਨਹੀਂ ਹੈ, ਹੋਰ ਵੀ ਕਈ ਖਤਰਨਾਕ ਬਿਮਾਰੀਆਂ ਵਗੈਰਾ ਜੋ ਬਣ ਜਾਂਦੀਆਂ ਨੇ ਉਹਨਾਂ ਨੂੰ ਜਾਣਕਾਰੀ ਦਿਓ। ਸਾਡੇ ਜੋ ਇਲਾਕੇ ਦੇ ਲੋਕ ਨੇ ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈ ਤਾਂ ਕਿ ਉਹ ਕਿਸੇ ਅਨਰਿਕੋਗਨਾਈਜ਼ ਕਿਸੇ ਡਾਕਟਰ ਕੋਲ ਨਾ ਫਸਣ ਜਾ ਕੇ ਅਤੇ ਉਹਨਾਂ ਦਾ ਦੰਦਾਂ ਤੋਂ ਕਾਫੀ ਚੀਜ਼ਾਂ ਨਾਲ ਉਹਨਾਂ ਨੂੰ ਪਰੇਸ਼ਾਨੀ ਆਵੇ ਅਤੇ ਉਹਨਾਂ ਦੀ ਹੈਲਥ 'ਤੇ ਇਫੈਕਟ ਪਵੇ। ਤਾਂ ਡਾਕਟਰ ਸਾਹਿਬ, ਇਹ ਬਹੁਤ ਹੀ ਜ਼ਰੂਰੀ ਜਾਣਕਾਰੀ ਹੈ ਜੋ ਮੈਂ ਤੁਹਾਡੇ ਕੋਲੋਂ ਪ੍ਰਾਪਤ ਕਰਨਾ ਚਾਹਾਂਗਾ। ਇਹਦੇ ਵਿੱਚ ਇੱਦਾਂ ਹੈਗਾ, ਮੈਂ ਇੱਕ ਬੜਾ ਤੁਹਾਨੂੰ ਮੇਨ ਗੱਲ ਦੱਸਦਾ ਕਿ ਜਿਹੜੀ ਇੱਕ ਆਮ ਧਾਰਨਾ ਬਣੀ ਹੈ ਕਿ ਜਿਹੜਾ ਡੈਂਟਲ ਸਰਜਨ ਆ ਉਹ ਦੰਦਾਂ ਦਾ ਡਾਕਟਰ ਹੈ, ਇਹਦੇ ਵਿੱਚ ਮੈਂ ਤੁਹਾਨੂੰ ਸਪਸ਼ਟੀਕਰਨ ਜ਼ਰੂਰ ਦੇਣਾ ਚਾਹਾਂਗਾ ਕਿ ਡੈਂਟਲ ਸਰਜਨ ਜਿਹੜਾ ਹੈ ਦੰਦਾਂ ਦੇ ਨਾਲ ਨਾਲ ਮੂੰਹ ਦਾ ਵੀ ਡਾਕਟਰ ਹੈ। ਮੂੰਹ ਦੇ ਜਿੰਨੇ ਵੀ ਰੋਗ ਹਨ ਉਹ ਜਿਹੜੇ ਹੈ ਉਹ ਇੱਕ BDS ਦੇ ਅੰਡਰ ਆਉਂਦੇ ਹਨ, ਠੀਕ ਹੈ, ਦੰਦਾਂ ਦੇ ਨਾਲ ਨਾਲ ਰਿਲੇਟਡ ਮੂੰਹ ਦੇ ਰੋਗ। ਅਤੇ ਦੂਜਾ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸਣਾ, ਜਿੱਥੇ ਦੰਦਾਂ ਦਾ ਚਿੱਤਰ ਬਣਿਆ ਜ਼ਰੂਰੀ ਨਹੀਂ ਹੈ ਕਿ ਉਹ ਜਿਹੜਾ ਇੱਕ ਡੈਂਟਲ ਸਰਜਨ ਹੀ ਹੈ। ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਬਿਮਾਰੀ ਹੈ, ਉਹ ਬਿਮਾਰੀ ਹੈ ਕੁਐਕਸ ਦੀ। ਥਾਂ ਥਾਂ 'ਤੇ ਤੁਸੀਂ ਪਿੰਡਾਂ ਪਿੰਡਾਂ ਵਿੱਚ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਇਹ ਲੋਕ ਲੁਕ ਛੁੱਪ ਕੇ ਆਪਣਾ ਜਿਹੜਾ ਕੰਮ ਕਰਦੇ ਹਨ ਅਤੇ ਸਰਕਾਰ ਵੀ ਇਹਨਾਂ 'ਤੇ ਕੋਈ ਰੋਕਥਾਮ ਨਹੀਂ ਕਰਦੀ। ਅਤੇ ਇਹ ਜਿਹੜਾ ਬਿਮਾਰੀ ਨੂੰ ਫੈਲਾਉਣ ਦੇ ਵਿੱਚ ਹੋਰ ਕਈ ਤਰ੍ਹਾਂ ਦੇ ਸਰੀਰਕ ਰੋਗ ਜਿੱਦਾਂ ਕਿ HIV ਹੈਪੇਟਾਈਟਸ ਹੋ ਗਿਆ, ਇਹ ਜਿਹੇ ਸਰੀਰਕ ਰੋਗ ਜਿਹੜੇ ਹੈਗੇ ਆ ਉਹਨਾਂ ਨੂੰ ਫੈਲਾਉਣ ਦੇ ਵਿੱਚ ਇਹਨਾਂ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ। ਦੰਦਾਂ ਦਾ ਚਿੱਤਰ ਕਿਤੇ ਬਣਿਆ ਉਹਦੇ ਨਾਲ ਮਤਲਬ ਇਹ ਨਹੀਂ ਹੈਗਾ ਕਿ ਇਹ ਜਿਹੜਾ ਇੱਕ ਡੈਂਟਲ ਸਰਜਨ ਦਾ ਹੀ ਕਲੀਨਿਕ ਹੈ। ਡੈਂਟਲ ਸਰਜਨ ਜਿੱਥੇ ਉਹਦਾ ਕਲੀਨਿਕ ਹੋਏਗਾ ਉਹ ਇੱਕ ਰਜਿਸਟ੍ਰੇਸ਼ਨ ਨੰਬਰ ਉਹਦੇ ਕੋਲ ਜ਼ਰੂਰ ਹੋਏਗਾ, BDS ਦੀ ਡਿਗਰੀ ਉਹਦੇ ਕੋਲ ਹੋਏਗੀ ਜਾਂ MDS ਦੀ ਡਿਗਰੀ ਹੋਏਗੀ, ਅਤੇ ਨਾਲ ਦੀ ਨਾਲ ਇੱਕ ਜਿਹੜਾ ਉਹਦੇ ਕੋਲ ਰਜਿਸਟ੍ਰੇਸ਼ਨ ਨੰਬਰ ਜਿਹੜਾ ਸਰਕਾਰ ਦੁਆਰਾ ਉਹਨੂੰ ਦਿੱਤਾ ਜਾਂਦਾ ਉਹ ਜ਼ਰੂਰ ਹੋਏਗਾ। ਅਤੇ ਮੈਂ ਇਲਾਕਾ ਨਿਵਾਸੀਆਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਜਿਹੜਾ ਆਪਣੇ ਦੰਦ ਜਾਂ ਮੂੰਹ ਦੇ ਰਿਲੇਟਡ ਉਹਨਾਂ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਅਤੇ ਪੜ੍ਹੇ ਲਿਖੇ BDS MDS ਡਾਕਟਰ ਜਿਹੜਾ ਉਹਨਾਂ ਦੇ ਏਰੀਏ ਦੇ ਵਿੱਚ ਹੈਗਾ ਉਹਨੂੰ ਹੀ ਦਿਖਾਉਣ, ਕਿਉਂਕਿ ਉਹ ਜੇ ਕਿਤੇ ਗਲਤ ਬੰਦੇ ਦੇ ਕੋਲ ਚੱਲ ਗਏ ਅਤੇ ਉਹ ਆਪਣੇ ਦੰਦਾਂ ਦਾ ਤਾਂ ਅਸੀਂ ਕੁਛ ਕਹਿ ਨਹੀਂ ਸਕਦੇ, ਬਦਲੇ ਦੇ ਵਿੱਚ ਕੋਈ ਹੋਰ ਵੱਡੀ ਬਿਮਾਰੀ ਲੈ ਕੇ ਘਰ ਨੂੰ ਨਾ ਆ ਜਾਣ, ਜਿਵੇਂ ਕਿ ਅੱਜ ਕੱਲ੍ਹ ਕਰੋਨਾ ਦਾ ਦੌਰ ਚੱਲ ਰਿਹਾ ਹੈ। ਠੀਕ ਹੈ, ਥੈਂਕ ਯੂ ਡਾਕਟਰ ਸਾਹਿਬ। ਡਾਕਟਰ ਸਾਹਿਬ, ਜੋ ਅਸੀਂ ਪਹਿਲੇ ਇੱਕ ਐਪੀਸੋਡ 1 ਦੇ ਵਿੱਚ ਕਾਸਟ ਕੀਤਾ ਸੀ ਮਕੇਰੀਆਂ ਦੇ ਵਿੱਚ ਤੁਹਾਡੇ ਨਾਲ ਇੰਟਰੈਕਟ ਕੀਤਾ ਸੀ,
बहुत ही वधिया रिस्पोंस रहा दे बारे उदे लिए मैं तुहानू बहुत बहुत मुबारक देवांगा। धन्यवाद जी। काफ़ी अच्छे कमेंट डिस्क्रिप्शन के नीचे आए उस वीडियो के नीचे, तो काफ़ी भरमा हुंगारा मिले लोगों, काफ़ी चीज़ा जो सीखने मिली ते को। अगे डॉक्टर साहब, मैं यूट्यूब एक किसी न्यूज चैनल पर देखा सी कि एक लेडी डॉक्टर सी, मे बी वो डेंटल सर्जन ही होएगी, उन्हें कहा भी जो डेंटिस्ट ने लोगों लुटते ने, 170 रुपए के पूरा यानी डेंचर तैयार हो जाता है, तो नो डाउट जो डेंटिस्ट्री के जो इक्यूपमेंट ने महंगे ने, तो उन्होंने जो इलाज भी महंगा है। ईवन असी डेंटिस्ट्री ही लोग क्यों टारगेट करते हैं, ईवन जो असी MBBS तो भी जाने हैं वह भी साढ़े को हाईली फीस चार्ज करता है, ठीक है ना। तो वह वीडियो का तुसी बहुत वधिया रिप्लाई भी किया, काफ़ी अच्छा हुंगारा आया सी। इस एपीसोड दे विच भी मैं तुहाडे कोलों यही चीज़ जानना चाहवागा भी उस तरह के वीडियो दे जो पैंदे ने उहदे नाल की प्रोफेशन ते नैगेटिव इंपैक्ट पैंदा है, वह तुसी दसो थोड़ा जिहा। देखो, डॉक्टर नूं बदनाम करना यह बड़ी सौखी जी गल है, तुसी कह दो जी इदां हुंदा है, पर जिहड़ा डॉक्टर काम कर रहा है उस काम नूं चला रहा उहनूं कई तरह दीआं मुश्किलां, कई तरह दे उहदे खर्चे हुंदे आ, है ना, वो सारा कुछ उहदे च इनकलूड करना पई। डॉक्टर इन्ने पैसे लै रहे जो उन्ने पैसे लै रहे, देखो ये सब तो वड्डी गल मैं तुहानूं जरूर, ये जिहड़ी 170 रुपए वाली गल है वह तो बिल्कुल एक फेक गल है, झूठ गल है। तो ये मैं तुहानूं एक गल जरूर दसना चाहवागा कि एक जिहड़ा डेंचर बनता है जां दंद लगता है डेंचर, उहदी जिहड़ी कॉस्ट है घट्टो घट्ट वह 4 to 4.5 हज़ार रुपया जाके पैंदी है। ठीक है सर। ठीक है, 170 रुपए दे विच, क्योंकि उहदे विच लैब चार्जिज भी इनकलूड हुंदे हन, जिहड़ा तुसी मटीरियल यूज कर रहे हो उहदे चार्जिज भी इनकलूड हुंदे हन, तुहाडे नाल तुहाडे असिस्टेंट हैगा है, तुसी अपने इक्विपमेंट्स यूज कर रहे हो, भी तुहाडी स्किल भी उहदे च लग रही है, तो वह सारा कुछ पा के वह 4-4.5 हज़ार के करीब जाके गल पैंदी है। तो जे असी एक झूठी अफवाह उड़ा दईए भी इदां हुंदा है, तो यह कित पॉसीबल नहीं है। डॉक्टरों को बदनाम करने वाली जी अजकल चली हुई है स्कीम, ये लोगों को भी थोड़ा जोड़ा है बचा अपना करना चाहिए है, ये क्योंकि पहला जो सूँ किसी चीज़ की नॉलेज ही नहीं है तो असं उन्होंने किदा स्पष्टीकरण दे दीए कि इदा हों, है ना। धन्यवाद डॉक्टर साहब जानकारी देने लिए। डॉक्टर साहब, मैं ये पूछना चाहवागा कि जो साडा एरिया है जिस एरिए असं रह रहे हैं, तुम तकरीबन 5 साल ही हो चले ने अपने प्रोफेशन में, तुम रन कर रहे हो बड़ा स्मूथली, बड़ा एक पंचुअलिटी के नाल ईमानदारी अपना काम कर रहे हो, तो ताडे कोलों मैं पूछना चाहवागा कि साडे जो इलाके के लोग ने उन्होंने केड़ी इस तरह की मूँह की बीमारी है, कड़ी ऐसी दंदा की समस्या है जिहड़ी ज़्यादातर तुसीं देखी है ताडे कोलों मरीज आते हैं, तो एक चीज़ होंगी है जो नॉर्मली ज़्यादा फैली हुई होंगी है, एक है जो रेयर कित कोई चीज़ आ जाती है, तो जो नॉर्मली आलमोस्ट तुसीं देखते हो उस समस्या के बारे दसो भी लोगों को कड़ी समस्या आ रही है। जदों तो मैं इस एरिए दे विच प्रैक्टिस कर रहा हाँ, ज़्यादातर इस एरिए दे विच जिहड़ी लोगों नूं मूँह जां दंदां दे रिलेटिड समस्या आ रही है मसूड़ियां दी, जिहदे च उन्हां दी मसूड़ियां दी इनफेक्शन बहुत ज़्यादा इस एरिए दे विच लोगों की देखण नूं मिल रही है। इहदे की कारण हो सकदे ने, इहदा कारण इह भी हो सकदा है कि पहलां इस एरिए च जिहड़ी जागरूक हैगी है, किसी भी चीज़ नूं लैके जागरूकता है वह हुण आउणी शुरू होई है, तो दंदां दे रिलेटिड ते जागरूकता जिहड़ी है वह मैनूं तां लगदा पूरे भारत विच बहुत घट है, जिहदे करके दंदां दी सांभ संभाल जिहड़ी बचपन तों ही रखणा उह जिहड़ा उन्हां लई एक किस्म दा उन्हां ने नहीं कीता उह काम, तो जदों जिदा जिदा एज उन्हां दी वधदी गई उदा उदा उन्हां नूं उह जिहड़ियां समस्यावां मसूड़ियां दीआं समस्यावां उह ज़्यादा आउण लग पईआं, दंद ढिल्ले पैणा इस एरिए दे विच ज़्यादातर लोकां दी जिहड़ी समस्या मसूड़े ते दंद ढिल्ले पैण दी ज़्यादा समस्या है। ठीक, डॉक्टर साहब, कई लोकां दे मन दे विच अंध विश्वास भी पैदा होंदे ने, तो लोग ज़्यादातर उन्होंने बिलीव कर लेंगे ने भी दंद है इनू इस टाइम पर नहीं कढ़ाना है, इस उदों ट्रीटमेंट करावांगे, जां नॉर्मली घर च घरेलू नुक्ते जिहड़े अपनांदे ने, जिस तरह हुण बरसात का मौसम चल रहा है, नॉर्मल लोग जो कहिंदे ने भी बरसात के मौसम के सानू दंदां नू नहीं कढ़ाना, जां कई ऐसी गल सुनी जांदी है भी किसी ने दंद कढ़ाया उहदी नज़र ते इफेक्ट पै गया, जां किसी ने अपनी जो मोलर टीथ है जो अपनी दाढ़ नू कढ़ाया ते उहनू कोई कैंसर वर्गी समस्या बन गई, ये गल्लां जो अफवाहां काफ़ी ज़्यादा लोगों के मशहूर ने, इहदे बारे लोगों नू तुसीं थोड़ी चानणा पाओ। कई तरह के जिहड़े मिथ्स हैगे आ प्रदीप कुमार जी सानू देखण नू मिलदे हन, जिवें कि तुसीं गल कीती है कि बरसात दे विच जी असीं दंद नहीं कढ़ाउणा, इदां दा कुछ नहीं हुंदा, एक मिथ पुराने समय तो चलदा आ रहा है कि जी बरसातां 'च इनफेक्शन हो जाणी है सानू ये हो जाणा,
पर मैं तुहानू एक गल नाल स्पष्टीकरण जरूर दस देना चाहवांगा कि जिहड़ा डेंटल क्लीनिक साडा, मैं अपनी गल करांगा, मेरे डेंटल क्लीनिक दे विच तुसीं कदों भी जिहड़ा प्रोपर वे दे नाल ट्रीटमेंट हुंदा है। अजकल जे किसी नूं सानूं लगदा है कि इहदा इह दंद कढणा पैणा है ते पहलां उहनूं 3 दिन असीं एंटीबायोटिक्स दा कोर्स कराउंदे आ तां जो उहदे शरीर दे विच एंटीबायोटिक्स होण ते जिहड़े उहदे बैक्टीरिया जां अंदर पैदा हो रहे आ माइक्रो ऑर्गेनिज्म बढ़ रहे इनफेक्शन नूं लै के उह खतम हो जाण। ਤੇ ਇੱਕ ਜਿਹੜਾ ਆ ਬੜਾ ਵਧੀਆ ਤਰੀਕੇ ਨਾਲ ਜਿਹੜੀ ਬਾਅਦ ਦੇ ਵਿੱਚ ਹੀਲਿੰਗ ਹੋਏ ਤੇ ਇੱਦਾਂ ਦੀ ਕੋਈ ਸਮੱਸਿਆ ਜਿਹੜੀ ਆ ਨਹੀਂ ਆ ਅੱਜ ਕੱਲ ਅੱਜ ਦੇ ਸਮੇਂ 'ਚ ਇਹੋ ਜਿਹੀ ਕੋਈ ਸਮੱਸਿਆ ਨਹੀਂ ਆਉਂਦੀ ਕਿ ਮੈਂ ਉਦੋਂ ਦੰਦ ਕਢਾਇਆ ਤੇ ਮੇਰੇ ਨਾਲ ਇਹ ਹੋ ਗਿਆ। ਤੇ ਜਿੱਥੇ ਤੱਕ ਰਹਿ ਗਿਆ ਇਹ ਵੀ ਇੱਕ ਬਹੁਤ ਵੱਡੀ ਮਿੱਥ ਹੈਗੀ ਕਿ ਅਸੀਂ ਜੀ ਦੰਦ ਕਢਾਇਆ ਤੇ ਨਜ਼ਰ ਸਾਡਾ ਫਰਕ ਪੈ ਗਿਆ, ਇੱਦਾਂ ਦਾ ਕੁਛ ਨਹੀਂ ਹੁੰਦਾ। ਮੈਂ ਇਲਾਕਾ ਨਿਵਾਸੀਆਂ ਨੂੰ ਬੜਾ ਇਹ ਦੱਸਣਾ ਚਾਹਾਂਗਾ ਕਿ ਜੇ ਅਸੀਂ ਦੰਦ ਕਢਾਉਂਦੇ ਹਾਂ ਉਹਦੇ ਨਾਲ ਸਾਡੀ ਨਜ਼ਰ 'ਤੇ ਤਾਂ ਬਿਲਕੁਲ ਵੀ ਕੋਈ ਫਰਕ ਨਹੀਂ ਪੈਂਦਾ ਇਸ ਤਰ੍ਹਾਂ ਦੀਆਂ ਜਿਹੜੀਆਂ ਅਫਵਾਹਾਂ ਤੋਂ। ਜੇ ਤੁਹਾਨੂੰ ਕੋਈ ਇਹੋ ਜਿਹੇ ਲੋਕ ਤੁਹਾਨੂੰ ਇੱਦਾਂ ਦੀਆਂ ਗੱਲਾਂ ਦੱਸਦੇ ਹਨ ਤਾਂ ਇਹਦੇ ਤੋਂ ਬਚੋ। ਅਤੇ ਇੱਕ ਪ੍ਰਦੀਪ ਕੁਮਾਰ ਜੀ, ਹੋਰ ਮਿੱਥ ਜਿਹੜੀ ਬੜੀ ਚੱਲਦੀ ਆ ਰਹੀ ਹੈ ਕਿ ਜੀ ਮੈਂ ਦੰਦਾਂ ਦੀ ਸਫਾਈ ਕਰਾਈ ਅਤੇ ਮੇਰੇ ਦੰਦ ਢਿੱਲੇ ਪੈ ਗਏ, ਹਿੱਲਣ ਲੱਗ ਪਏ। ਇੱਦਾਂ ਦਾ ਕੁਛ ਨਹੀਂ ਹੁੰਦਾ। ਇਹਦੇ 'ਚ ਵੀ ਮੈਂ ਤੁਹਾਨੂੰ ਦੱਸਦਾ ਹਾਂ, ਮੈਂ ਦੰਦਾਂ ਦੀ ਸਫਾਈ ਕਰਾਈ ਅਤੇ ਦੰਦ ਹਿੱਲਣ ਲੱਗ ਪਏ, ਉਹਦੇ 'ਚ ਕਾਰਨ ਇਹ ਹੁੰਦਾ ਤੁਹਾਡਾ ਦੰਦ ਤਾਂ ਪਹਿਲਾਂ ਹੀ ਖਰਾਬ ਹੋ ਚੁੱਕਿਆ ਆ। ਉਹ ਮੂੰਹ ਦੇ ਵਿੱਚ ਰਹਿਣ ਦੇ ਕਾਬਿਲ ਨਹੀਂ ਹੈ ਜਿਹੜਾ ਸਫਾਈ ਤੋਂ ਬਾਅਦ ਹਿੱਲਣ ਲੱਗ ਪਿਆ। ਉਹ ਸਿਰਫ ਇੱਕ ਕਰੇੜਾ ਜਿਹੜਾ ਤੁਹਾਡੇ ਮੂੰਹ ਦੇ ਵਿੱਚ ਮੈਲ ਜੰਮੀ ਸੀ, ਉਹ ਗੰਦਗੀ ਜਿਹੜੀ ਇਕੱਠੀ ਹੋਈ ਸੀ ਤੁਹਾਡੇ ਦੰਦ ਦੇ ਆਲੇ ਦੁਆਲੇ, ਉਹਨੇ ਉਹਨੂੰ ਸਹਾਰਾ ਦੇ ਕੇ ਰੱਖਿਆ ਹੋਇਆ ਸੀ। ਬਾਕੀ ਜਿਹੜੇ ਤੁਹਾਡੇ ਦੰਦ ਦੀ ਹੱਡੀ ਅਤੇ ਜਿਹੜਾ ਮਸੂੜਾ ਹੈ ਉਹਦੀ ਪਕੜ ਤਾਂ ਬਿਲਕੁਲ ਹੀ ਉਸ ਦੰਦ ਦੇ ਨਾਲ ਹੈ ਨਹੀਂ, ਉਹ ਦੰਦ ਨਕਾਰਾ ਹੋ ਗਿਆ। ਅਤੇ ਜੇ ਅਸੀਂ ਕਹੀਏ ਕਿ ਇਹ ਜਿਹੜਾ ਦੰਦ ਦੀ ਸਫਾਈ ਕਰਾਈ ਅਤੇ ਉਹ ਤੋਂ ਬਾਅਦ ਹਿੱਲਣ ਲੱਗ ਪਏ ਸਾਡੇ ਦੰਦ, ਉਹਦੇ 'ਚ ਇਹੀ ਹੈ ਕਿ ਉਹ ਦੰਦ ਹੀ ਅਸੀਂ ਜਦੋਂ ਕਰੇੜਾ ਨਿਕਲ ਗਿਆ ਅਤੇ ਸਾਡਾ ਦੰਦ ਜਿਹੜਾ ਆਪਣੀ ਜਿਹੜੀ ਬੁਨਿਆਦੀ ਸੋਰਸ ਹੈ ਉਹਦਾ ਜਿਹੜਾ ਸਪੋਰਟ ਹੈਗੀ ਉਹ ਤਾਂ ਪਹਿਲਾਂ ਹੀ ਖਤਮ ਹੈ ਅਤੇ ਉਹ ਤੋਂ ਓਬਵੀਅਸਲੀ ਹਿੱਲੇਗਾ। ਅਤੇ ਫਿਰ ਇਹ ਜਿਹੜੀਆਂ ਸਮੱਸਿਆਵਾਂ ਹੈਗੀਆਂ ਇਹ ਮਿੱਥਸ ਬਣ ਜਾਂਦੀਆਂ ਆ, ਅਤੇ ਇਹੋ ਜਿਹੀ ਕੋਈ ਸਮੱਸਿਆ ਜਿਹੜੀ ਹੈ ਉਹ ਨਹੀਂ ਹੁੰਦੀ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਅੰਤ ਦੇ ਵਿੱਚ ਮੇਰਾ ਇਹੀ ਪ੍ਰਸ਼ਨ ਹੈ ਕਿ ਜਿਸ ਤਰ੍ਹਾਂ ਹੁਣ ਕੋਰੋਨਾ ਮਹਾਂਮਾਰੀ ਚੱਲ ਰਹੀ ਹੈ, ਇਹਦੇ ਵਿੱਚ ਤੁਸੀਂ ਆਪਣੇ ਕਲੀਨਿਕ ਦੇ ਵਿੱਚ ਕਿਆ ਕਿਆ ਚੇਂਜਸ ਲੈ ਕੇ ਆਏ ਹੋ, ਅਤੇ ਜਿਸ ਤਰ੍ਹਾਂ ਤੁਹਾਡੇ ਕੋਲੋਂ ਕੋਈ ਮਰੀਜ਼ ਆਉਂਦਾ ਹੈ ਮੇ ਬੀ ਉਹ ਕਰੋਨਾ ਅਫੈਕਟਡ ਹੋ ਸਕਦਾ ਹੈ ਜਾਂ ਕਿਸੇ ਦਾ ਦੇਖ ਕੇ ਤਾਂ ਪਤਾ ਨਹੀਂ ਲੱਗਦਾ, ਅਤੇ ਤੁਸੀਂ ਖੁਦ ਦਾ ਕਿਸ ਤਰ੍ਹਾਂ ਬਚਾਅ ਕਰ ਰਹੇ ਹੋ ਜਾਂ ਕਿਹੜੇ ਕਿਹੜੇ ਤੁਹਾਨੂੰ ਇਕਿਊਪਮੈਂਟ ਖਰੀਦਣੇ ਪੈਂਦੇ ਨੇ ਜਾਂ ਕਿਹੜਾ ਤੁਹਾਡੇ 'ਤੇ ਯਾਨੀ ਕਹਿ ਸਕਦੇ ਹਾਂ ਵੀ ਲੋਡ ਵੱਧ ਗਿਆ ਹੈ ਥੋੜ੍ਹਾ ਇਕਨੋਮਿਕਲੀ ਉਹਨਾਂ ਇੰਸਟਰੂਮੈਂਟ ਨੂੰ ਖਰੀਦਣ ਦੇ ਨਾਲ, ਜਾਂ ਤੁਸੀਂ ਕਿਆ ਕਿਆ ਇਹਨਾਂ ਇਸ ਚੀਜ਼ਾਂ ਦਾ ਇਸਤੇਮਾਲ ਕਰ ਰਹੇ ਇਸ ਕਰੋਨਾ ਦੇ ਦੌਰ ਦੇ ਵਿੱਚ, ਉਹ ਵੀ ਦਰਸ਼ਕਾਂ ਨੂੰ ਥੋੜ੍ਹਾ ਚਾਨਣਾ ਪਾਓ। ਪ੍ਰਦੀਪ ਕੁਮਾਰ ਜੀ, ਕਰੋਨਾ ਦੇ ਦੌਰ ਆਉਣ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਬਦਲਾਵ ਸਾਨੂੰ ਡੈਂਟਲ ਕਲੀਨਿਕ ਦੇ ਵਿੱਚ ਕਰਨਾ ਪਿਆ। ਹੁਣ ਜਿਹੜਾ ਕਰੋਨਾ ਵਾਇਰਸ ਦਾ ਦੌਰ ਚੱਲ ਰਿਹਾ ਅਤੇ ਨਾਲ ਨਾਲ ਦੰਦਾਂ ਦੀ ਸਮੱਸਿਆ ਵੀ ਜਿਹੜੀਆਂ ਲੋਕਾਂ ਦੀ ਉਹ ਆਮ ਤਰ੍ਹਾਂ ਨਾਲ ਆ ਹੀ ਰਹੀਆਂ ਨੇ, ਅਤੇ ਇਹਦੇ 'ਚ ਤਾਂ ਅਸੀਂ ਇਹ ਤਾਂ ਨਹੀਂ ਕਰ ਸਕਦੇ ਕਿ ਕਿਸੇ ਨੂੰ ਕੋਈ ਸਮੱਸਿਆ ਹੈਗੀ ਤਾਂ ਉਹਦਾ ਇਲਾਜ ਨਾ ਕਰੀਏ। ਅਤੇ ਇਹਦੇ ਲਈ ਅਸੀਂ ਆਪਣੇ ਕਲੀਨਿਕ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਜਦੋਂ ਸਾਡੇ ਕੋਲ ਕੋਈ ਮਰੀਜ਼ ਆਉਂਦਾ ਹੈ ਅਤੇ ਪਹਿਲਾਂ ਉਹਦਾ ਟੈਸਟ ਕੀਤਾ ਜਾਂਦਾ ਹੈ, ਉਹਦਾ ਟੈਂਪਰੇਚਰ ਚੈੱਕ ਕੀਤਾ ਜਾਂਦਾ ਹੈ, ਸਭ ਕੁਝ ਉਹਦਾ ਕੋਈ ਇਹਦੇ 'ਚ ਸਿੰਪਟਮ ਤਾਂ ਨਹੀਂ ਉਹ ਤੋਂ ਪੁੱਛਿਆ ਜਾਂਦਾ ਹੈ, ਇੱਕ ਦੂਰੀ ਮੇਨਟੇਨ ਕਰਕੇ ਸਭ ਕੁਝ ਉਹਦਾ ਚੈੱਕ ਕਰਕੇ ਫਿਰ ਹੀ ਜਿਹੜਾ ਉਹਦਾ ਅੱਗੇ ਇਲਾਜ ਕੀਤਾ ਜਾਂਦਾ ਹੈ। ਸਟਰਲਾਈਜੇਸ਼ਨ ਦਾ ਬਹੁਤ ਖਿਆਲ ਰੱਖਿਆ ਜਾਂਦਾ ਹੈ, ਜਦੋਂ ਮਰੀਜ਼ ਸਾਡੇ ਕਲੀਨਿਕ 'ਚ ਐਂਟਰ ਕਰਦਾ ਹੈ ਉਹ ਤੋਂ ਪਹਿਲਾਂ ਉਹਦੇ ਹੱਥ ਪੈਰ ਸਾਰਾ ਉਹਦੀ ਸਟਰਲਾਈਜੇਸ਼ਨ ਦਾ ਖਿਆਲ ਰੱਖਿਆ ਜਾਂਦਾ, ਉਹਦੇ ਜਿਹੜੇ ਜੁੱਤੇ ਹਨ ਉਹਨਾਂ ਨੂੰ ਵੀ ਸ਼ੂ ਕਵਰ ਦੇ ਵਿੱਚ ਕਵਰ ਕਰਕੇ ਫਿਰ ਹੀ ਉਹ ਅੰਦਰ ਐਂਟਰ ਕਰਦਾ, ਅਤੇ ਹੱਥਾਂ ਨੂੰ ਵੀ ਸਟਰਲਾਈਜ਼ ਕਰਕੇ ਫਿਰ ਹੀ ਉਹਨੂੰ ਬਿਠਾਈਦਾ ਹੈ, ਫਿਰ ਇੱਕ ਨਿਯਮਿਤ ਦੂਰੀ ਬਣਾ ਕੇ ਉਹਦੇ ਤੋਂ ਉਹਦੀ ਹਿਸਟਰੀ ਲਈ ਜਾਂਦੀ ਹੈ, ਕੋਵਿਡ ਦੇ ਕੋਈ ਲੱਛਣ ਉਹਦੇ 'ਚ ਹਨ ਜਾਂ ਨਹੀਂ ਹਨ ਉਹ ਸਾਰਾ ਕੁਛ ਉਹ ਤੋਂ ਪੁੱਛਿਆ ਜਾਂਦਾ ਹੈ। ਜਦੋਂ ਸਾਨੂੰ ਲੱਗਦਾ ਹੈ ਕਿ ਇਹ ਸੁਰੱਖਿਅਤ ਹੈ ਫਿਰ ਹੀ ਅਸੀਂ ਸੁਰੱਖਿਅਤ ਤਰੀਕੇ ਨਾਲ ਉਹਦਾ ਅੰਦਰ ਜਾ ਕੇ ਆਪਣੇ ਓਪਰੇਟਰੀ ਦੇ ਵਿੱਚ ਇਲਾਜ ਕਰਦੇ ਹਾਂ। ਜਿੱਥੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਉਹਦੇ ਜਿਹੜਾ ਉਹਨੂੰ ਕਵਰ ਕੀਤਾ ਜਾਂਦਾ ਹੈ ਮਰੀਜ਼ ਨੂੰ ਤਾਂ ਜੋ ਸਭ ਤੋਂ ਉਹਨੂੰ ਕੋਈ ਸਮੱਸਿਆ ਨਾ ਹੋਵੇ, ਅਤੇ ਅਸੀਂ ਆਪ ਵੀ ਜਿਹੜੀ ਸਾਡੀ ਪਰਸਨਲ ਪ੍ਰੋਟੈਕਟਿਵ ਇਕੁਪਮੈਂਟ ਦੀ ਯੂਜ਼ ਕਰਦੇ ਹਾਂ ਤਾਂ ਜੋ ਉਹਨੂੰ ਅਗਰ ਕੋਈ ਸਮੱਸਿਆ ਹੋਵੇ ਤਾਂ ਉਹਦੇ ਨਾਲ ਅਸੀਂ ਇਨਫੈਕਟ ਨਾ ਹੋਈਏ, ਅਤੇ ਜਿੱਥੋਂ ਤੱਕ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਆਪਣੇ ਆਪ ਨੂੰ ਅਤੇ ਮਰੀਜ਼ ਨੂੰ ਸੁਰੱਖਿਅਤ ਰੱਖਣ ਦੀ ਉਹ ਅਸੀਂ ਹਰ ਕੋਸ਼ਿਸ਼ ਉੱਥੇ ਕਰਦੇ ਹਾਂ। ਧੰਨਵਾਦ ਡਾਕਟਰ ਸਾਹਿਬ। ਅੰਤ ਦੇ ਵਿੱਚ ਹੁਣ ਅਸੀਂ ਸੈਸ਼ਨ ਕਾਫੀ ਟਾਈਮ ਤੋਂ ਤੁਹਾਡੇ ਨਾਲ ਇੰਟਰੈਕਟ ਕਰ ਰਹੇ ਹਾਂ, ਅੰਤ ਦੇ ਵਿੱਚ ਤੁਹਾਡੇ ਕੋਲੋਂ ਮੈਂ ਉਮੀਦ ਕਰਦਾ ਵੀ ਤੁਸੀਂ ਜੋ ਸਾਡੇ ਦਰਸ਼ਕ ਨੇ ਇਸ ਵੀਡੀਓ ਨੂੰ ਦੇਖ ਰਹੇ ਨੇ ਜਾਂ ਇਸ ਵੀਡੀਓ ਦੇ ਮਾਧਿਅਮ ਨਾਲ ਤੁਹਾਡੇ ਨਾਲ ਜੁੜੇ ਨੇ ਜੋ ਤੁਹਾਡੇ ਪੇਸ਼ੈਂਟ ਵੀ ਹੋਣਗੇ ਕਈ ਲੋਕ, ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਸੁਜੈਸ਼ਨ ਕਰੋਗੇ ਵੀ ਤੁਸੀਂ ਕਰੋਨਾ ਤੋਂ ਕਿਸ ਤਰ੍ਹਾਂ ਬਚ ਸਕਦੇ ਹੋ, ਉਹਨਾਂ ਨੂੰ ਤੁਸੀਂ ਇੱਕ ਮੈਸੇਜ ਐਜ਼ ਅਵੇਅਰਨੈਸ ਪ੍ਰੋਵਾਈਡ ਕਰਵਾਓ, ਕਿਉਂਕਿ ਇਹ ਇੱਕ ਡਾਕਟਰ ਦੀ ਰਿਸਪੋਂਸੀਬਿਲਿਟੀ ਵੀ ਹੈ, ਅਤੇ ਉਹ ਮੈਂ ਤੁਹਾਡੇ ਤੋਂ ਉਮੀਦ ਕਰਦਾ ਤੁਸੀਂ ਦਰਸ਼ਕਾਂ ਨੂੰ ਇਹਦੇ ਬਾਰੇ ਚਾਨਣਾ ਪਾਓਗੇ। ਪ੍ਰਦੀਪ ਕੁਮਾਰ ਜੀ, ਕਰੋਨਾ ਮਹਾਂਮਾਰੀ ਹਾਲੇ ਤੱਕ ਸਾਨੂੰ ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਇਹਦੀ ਹਾਲੇ ਤੱਕ ਸਾਡੇ ਕੋਲ ਕੋਈ ਜਿਹੜੀ ਵੈਕਸੀਨ ਹੈ
ਨਹੀਂ ਆਈ ਹਾਂਜੀ ਇਲਾਜ ਜਿਹੜਾ ਹਲੇ ਤੱਕ ਕੋਈ ਦਾ ਪੁਖਤਾ ਇਲਾਜ ਹੈ ਜਿਹੜਾ ਨਹੀਂ ਆਇਆ ਹਾਂਜੀ ਤੇ ਫਿਲਹਾਲ ਅਸੀਂ ਜਿਹੜਾ ਆ ਇੱਕ ਨਿਯਮਿਤ ਦੂਰੀ ਬਣਾ ਕੇ ਤੇ ਸਾਫ ਸਫਾਈ ਦਾ ਖਿਆਲ ਰੱਖ ਕੇ ਤੇ ਜੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੋਏ ਤਾਂ ਹੀ ਆਪਣੇ ਘਰੋਂ ਬਾਹਰ ਨਿਕਲ ਕੇ ਉਹ ਵੀ ਸੁਰੱਖਿਅਤ ਤਰੀਕੇ ਦੇ ਨਾਲ ਤੇ ਸਾਫ ਸਫਾਈ ਦਾ ਖਿਆਲ ਰੱਖਦੇ ਹੋਏ ਤੇ ਇਸ ਤਰੀਕੇ ਨਾਲ ਹੀ ਅਸੀਂ ਫਿਲਹਾਲ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਬਚਾ ਸਕਦੇ ਹਾਂ ਤੇ ਆਪਣਾ ਜਿਹੜਾ ਹੱਥ ਰੈਗੂਲਰੀ ਧੋ ਜਾਂ ਅਸੀਂ ਕਿਸ ਤਰੀਕੇ ਦਾ ਕੰਮ ਕਰਦੇ ਹਾਂ ਤੇ ਰੈਗੂਲਰੀ ਜਿੱਦਾਂ ਮੰਨ ਲਓ ਕੋਈ ਵਿਅਕਤੀ ਆ ਉਹ ਦੂਰ ਦੁਰਾਡੇ ਕਿਤੇ ਡਿਊਟੀ ਤੇ ਜਾਂਦਾ ਹੈ ਉਹ ਘਰ ਆਉਂਦਾ ਹੈ ਤੇ ਉਹ ਸਿੱਧਾ ਘਰ ਨਾ ਆਵੇ ਘਰ ਤੋਂ ਆ ਕੇ ਪਹਿਲੇ ਉਹ ਵਾਸ਼ਰੂਮ ਦੇ ਵਿੱਚ ਆਪਣੇ ਆਪ ਨੂੰ ਸਾਫ ਕਰੇ ਸਭ ਕੁਛ ਉਹ ਆਪਣੇ ਕੱਪੜੇ ਜਿਹੜੇ ਆ ਉਹ ਅੱਡ ਰੱਖੇ ਹੈ ਨਾ ਸਭ ਕੁਛ ਸਾਫ਼ ਸਫਾਈ ਦਾ ਖਿਆਲ ਰੱਖਦੇ ਹੋਏ ਇੱਕ ਨਿਯਮਿਤ ਦੂਰੀ ਬਣਾਉਂਦੇ ਹੋਏ ਫਿਲਹਾਲ ਅਸੀਂ ਇਸ ਤਰੀਕੇ ਨਾਲ ਹੀ ਆਪਣੇ ਆਪ ਨੂੰ ਜਿਹੜਾ ਸੁਰੱਖਿਅਤ ਰੱਖ ਸਕਦੇ ਹਾਂ ਧੰਨਵਾਦ ਡਾਕਟਰ ਸਾਹਿਬ ਅੰਤ ਦੇ ਵਿੱਚ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਨੂੰ ਅੱਜ ਆਪਣੇ ਕਲੀਨਿਕ 'ਤੇ ਵਿਜਿਟ ਕਰਨ ਦਾ ਮੌਕਾ ਦਿੱਤਾ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ ਅਤੇ ਬਹੁਤ ਹੀ ਸਾਨੂੰ ਖੁਦ ਨੂੰ ਵੀ ਮੈਨੂੰ ਬਹੁਤ ਸਿੱਖਣ ਨੂੰ ਮਿਲਿਆ ਅਤੇ ਇਸ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਡਾਕਟਰ ਸਾਹਿਬ ਥੈਂਕ ਯੂ ਧੰਨਵਾਦ ਸੋ ਦੋਸਤੋ ਇਹ ਸਨ ਸਾਡੇ ਡਾਕਟਰ ਅਕਸ਼ੇ ਸੰਦਲ ਜੋ ਕਿ ਡੈਂਟਲ ਸਰਜਨ ਨੇ ਇਹ ਤਕਰੀਬਨ 5 ਸਾਲ ਤੋਂ ਹੀ ਡੈਂਟਿਸਟਰੀ ਦੀਆਂ ਜੋ ਸਹੂਲਤਾਵਾਂ ਨੇ ਆਪਣੇ ਇਲਾਕੇ ਨੂੰ ਪ੍ਰੋਵਾਈਡ ਕਰਵਾ ਰਹੇ ਨੇ ਅਤੇ ਤੁਸੀਂ ਇਹਨਾਂ ਦੇ ਨਾਲ ਵਟਸਐਪ 'ਤੇ ਵੀ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ ਫੇਸਬੁੱਕ 'ਤੇ ਵੀ ਕੰਟੈਕਟ ਕਰ ਸਕਦੇ ਹੋ ਉਹਦੇ ਨਾਲ ਰਿਲੇਟਡ ਜੋ ਡਾਟਾ ਜੋ ਲਿੰਕਸ ਨੇ ਤੁਹਾਨੂੰ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਮਿਲ ਜਾਣਗੇ ਤੋ ਮੈਂ ਉਮੀਦ ਕਰਦਾ ਤੁਹਾਨੂੰ ਅੱਜ ਦਾ ਜੋ ਇਹ ਐਪੀਸੋਡ ਹੈ ਟਾਕ ਸ਼ੋਅ ਦਾ ਬਹੁਤ ਵਧੀਆ ਲੱਗਿਆ ਹੋਏਗਾ ਅਤੇ ਕਾਫੀ ਇਨਫੋਰਮੇਟਿਵ ਸੈਸ਼ਨ ਸੀ ਅਤੇ ਅੰਤ ਦੇ ਵਿੱਚ ਅਸੀਂ ਡਾਕਟਰ ਸਾਹਿਬ ਦਾ ਜੋ ਕਮਾਹੀ ਦੇਵੀ ਦੇ ਵਿੱਚ ਕਲੀਨਿਕ ਹੈ ਉਹਦਾ ਪੂਰਾ ਅਸੀਂ ਓਵਰਵਿਊ ਕਰਦੇ ਹਾਂ ਧੰਨਵਾਦ ਥੈਂਕ ਯੂ ਵੈਰੀ ਮੱਚ